ਭਜਨ ਚੌਥਾ ਮਹੀਨਾ ਜੀ ਬਿੱਲ ਨੀ ਟਕਰਾ ਰਿਹਾ ਤੁਸੀਂ ਹੁਣ ਕਿੰਨਾ ਆਇਆ ਹੁਣ ਤੁਹਾਡਾ ਟੋਟਲ ਬਿੱਲ ਬਣ ਗਿਆ 34,000 ਰੁਪਈਆ ਟੋਟਲ 3-4 ਮਹੀਨੇ ਹੋ ਗਏ ਤੁਸੀਂ ਬਿੱਲ ਦੇਣ ਦੇ ਨਿਆ ਹੀ ਨੀ ਲੈਂਦੇ ਤੁਸੀਂ 34,000 ਹੋ ਗਿਆ ਹਾਂ 4 ਮਹੀਨੇ ਦਾ ਹਾਂ ਤੁਸੀਂ ਇਨਕਲ ਅਗਲੇ ਮਹੀਨੇ ਲੈ ਲਵਾ ਸਾਰੇ ਇਕੱਠੇ ਅਗਲੇ ਮਹੀਨੇ ਕੀ ਗੱਲ ਹੈ ਇਸ ਮਹੀਨੇ ਤੁਸੀਂ ਫੁੱਫੀ ਦਾ ਵਰੀਣਾ ਕਰਾਣਾ ਯਾਰ ਇਸ ਮਹੀਨੇ ਪਤਾ ਕੀ ਹੈ ਪੈਸੇ ਮੈਂ ਬਣਿਆ ਤੇ ਦੇਵਣਿਆ ਕੋਈ ਲੈ ਗਏ ਹੁਣ ਜਿਹੜੇ ਇਕੱਠੇ ਹੁਣ ਕਰਨੇ ਤੇਰੇ ਵਾਸਤੇ ਹੀ ਕਰਨੇ ਮੈਂ ਉਹ ਤੇਰਾ ਗਵਾਂਢੀ ਕਹਿੰਦਾ ਹੈ ਖੁਸਰਿਆਂ ਕੋਲ ਜਾਂਦਾ ਹੈ ਉਧਰ ਪੈਸੇ ਨਹੀਂ ਪੂਰੇ ਦੇ ਹੁੰਦੇ ਉਹ ਕਾਲਾ ਓ ਯਾਰ ਪਤਾ ਕੀ ਹੈ ਇਹ ਖੁਸਰੇ ਤਾਂ ਆਖਿਰ ਕਮਾਰਨ ਉਹ ਤਾਂ ਨੱਚ ਕੇ ਕਮਾਉਂਦੇ ਉਹ ਨੱਚ ਕੇ ਕਮਾਉਂਦੇ ਨੇ ਬਿਜਲੀ ਦਾ ਬਿੱਲ ਤੇ ਬਚਾ ਲਿਆ ਕਰੋ ਬਿਜਲੀ ਦਾ ਬਿੱਲ ਅਗਲੇ ਮਹੀਨੇ ਭਰੀ ਜਾਂ ਸੀ ਕੋਈ ਵੱਡਾ ਵੈਂਦਾ ਬਿਜਲੀ ਦਾ ਬਿੱਲ ਉਹ 1 ਮਹੀਨੇ ਸ਼ੋਅ ਤੁਸੀਂ ਨਾ ਵੇਖੋ ਅਗਲੇ ਮਹੀਨੇ ਵੇਖ ਲਓ ਅੱਛਾ ਉਹ ਜ਼ਰੂਰੀ ਹੈ ਲੈ ਉਹ ਇੰਜਵਾਏ ਖੁਸਰਾਵੇ ਸਟੈਪ ਮਰੇ ਦੇ ਤੇ ਪੈਸੇ ਦੀ ਤੱਤੀ ਸੱਟੇਦਾਰ ਹਰਕ ਤਾਂ ਤੁਹਾਡੀਆਂ ਕਾ ਹੋ ਜਾਂਦੀਆਂ ਉਹ ਨਾਲੀਆਂ ਵੇਖ ਵੇਖ ਕੇ ਨਾ ਠੁਮਕੇ ਹੈ ਤੁਹਾਡੇ ਸ਼ੌਂਕ ਵੀ ਬਣ ਜਾਂਦੇ ਆ ਸ਼ੌਂਕ ਵਾਲੀ ਕਿਹੜੀ ਗੱਲ ਜਦੋਂ ਇਤਨੀ ਮਿਹਨਤ ਕਰਕੇ ਆਂਦੇ ਠੁਮਕਾ ਲਾ ਕੇ ਆਂਦੇ ਅੱਗੋਂ ਨੂੰ 500 ਲੈ ਪਤਾ ਕੀ ਹੈ ਉਹਨਾਂ ਦੇ ਵੀ ਹੱਕ ਹੈ ਉਹਨਾਂ ਨੂੰ ਵੀ ਪੈਸੇ ਦਿਓ ਠੀਕ ਹੈ ਨਾ ਲੇਕਿਨ ਬਿੱਲ ਜਿਹੜਾ ਨਾ ਬਿੱਲ ਦੇ ਪੈਸੇ ਬਚਾ ਲਿਆ ਕਰੋ ਰਾਤੀ ਛੁੱਟੀ ਰੱਖ ਦਿਓ ਛੁੱਟੀ ਰੱਖ ਦਿਓ ਸਵੇਰ ਵਾਲੇ ਫਿਰ ਉਹ ਇਹ ਮਹੀਨਾ ਛੋੜ ਦੇ ਉਤਲੇ ਮਹੀਨੇ ਜਿਹੜਾ ਨਾ ਫੇਰ ਨਾ ਲੋ ਸੀ ਪੈਸੇ ਕਲੀਅਰ ਕਰ ਕਲੀਅਰ ਹੋਣਗੇ ਆ ਠੀਕ ਵਾ ਖੋਲ ਅੰਦਰ ਬੱਜੀ ਹੈ ਕੌਣ ਜੀ ਰੱਖਾ ਵਾਪਟਾ ਰੱਖਾ ਵਾਪਟਾ ਹਾਂਜੀ ਇਹ ਵਾਪਟਾ ਵੀ ਤੁਹਾਡਾ ਨਾਂ ਹੈ ਜਾਂ ਤੁਹਾਡੇ ਅੱਬੇ ਦੇ ਨਾਂ ਸੀ ਭਾਈ ਜੀ ਵਾਪਟਾ ਦੇ ਵਿੱਚ ਕੰਮ ਕਰਨੇ ਆ ਤੇ ਨਾਂ ਫਿਰ ਮਸ਼ਹੂਰ ਹੋਇਆ ਪਿਆ ਰੱਖਾ ਵਾਪਟਾ ਅੱਛਾ ਇੰਜ ਕਹੋ ਨਾ ਕਿਉਂਕਿ ਉਹ ਪਹਿਲੇ ਨਾਂ ਪੁੱਤਰ ਦਾ ਹੁੰਦਾ ਅੱਗੋਂ ਪਿਓ ਦਾ ਲੱਗਦਾ ਮੈਂ ਕਿਹਾ ਰਫੀਕਾ ਤੇਰਾ ਨਾਂ ਹੈ ਹਾਂਜੀ ਮੇਰਾ ਨਾਂ ਭਾਈ ਜਾਨੇ 17,000 ਰੁਪਇਆ ਤੁਹਾਡਾ ਬਿੱਲ ਬਣਿਆ ਪਿਆ ਕਾਹਦੇ ਲਈ ਕਾਹਦੇ ਲਈ ਜਿਹੜੀ ਬਿਜਲੀ ਇਸਤੇਮਾਲ ਕਰਦੇ ਹੋ ਤੇ 17,000 ਬਿੱਲ ਕਾਹਦੇ ਲਈ ਬਣ ਗਿਆ ਬਈ ਭਾਈ ਜਾਨ ਤੁਸੀਂ ਜਿਹੜਾ ਬਿੱਲ ਬਣਿਆ 2 ਮਹੀਨਿਆਂ ਦਾ ਉਹ ਹੀ ਹੈ ਤੇ ਤੁਸੀਂ ਘਟਾ ਦੇਵੋ ਘਟਾ ਦੇ ਤੂੰ ਸਾਡੇ ਮਾਮੇ ਦਾ ਪੁੱਤਰ ਨਹੀਂ ਤੇ ਕਿਉਂ ਨਹੀਂ ਘਟਾ ਸਕਦੇ ਤੁਸੀਂ ਕੋਈ ਇੱਕ ਦਿਨ ਬੰਦਾ ਛੱਡ ਹੀ ਦਿੰਦਾ ਕੋਈ ਰਿਆਇਤ ਰੋਤ ਨਹੀਂ ਹੈ ਲੱਤ ਭੱਜੀ ਤੇਰੀ ਲੱਤ ਭਾਨ ਲੱਤ ਫਿਰ ਕਵਾਂਗੇ ਚਲੋ ਮੰਗਤਾ ਹੈਗਾ ਮਾਫ ਕਰ ਦਿੰਨੇ ਇਹ ਮੈਂ ਤੈਨੂੰ ਕਹੇ ਉਹ ਤੁਹਾਡੇ ਨਾਲ ਤੇ ਉਹ ਸਿੰਘਾੜਾ ਠੀਕ ਕਾਲਾ ਉਹ ਬਿੱਲ ਦਿੰਦਾ ਉਹ ਕਹਿੰਦਾ ਇਹਨਾਂ ਦਾ ਮੁਕਾਲਾ ਹੋਵੇ ਕਿਸੇ ਨੂੰ ਪੈਸੇ ਨਹੀਂ ਦਿੰਦੇ ਤੁਹਾਡਾ ਨਾ ਕਹਿੰਦਾ ਉਹ ਆਪ ਕਿੱਡਾ ਵੱਡਾ ਬਗੈਰਾ ਤੇ ਪਤਾ ਹੈ ਉਹ ਤੇ ਨਾ ਯਾਨੀ ਸ਼ੇਫ ਦੇ ਪੈਸੇ ਨਹੀਂ ਦਿੰਦਾ ਸ਼ੇਫ ਦੇ ਉਹ ਬਾਈ ਬਿੱਲ ਕਲੀਅਰ ਕਰਦਾ ਹਰ ਮਹੀਨੇ ਨਾਲੇ ਤੁਹਾਡਾ ਨਾ ਕਹਿੰਦਾ ਇਹ ਤੇ ਦੋਵੇਂ ਕਿਸੇ ਨੂੰ ਪੈਸਾ ਨਹੀਂ ਦਿੰਦੇ ਫਕੀਰ ਨੂੰ ਟਕਾ ਬਾਲ ਇਹਨਾਂ ਦੇ ਭੁੱਖੇ ਬੈਠੇ ਆ ਕਦੇ ਉਹਦੇ ਕੋਲ ਮੰਗਣ ਗਏ ਤੇਰੇ ਕੋਲ ਕਦੇ ਮੰਗਣ ਆਏ ਬਿਜਲੀ ਦਾ ਬਿੱਲ ਦੇ ਦਿਓ ਤੇ ਦੇ ਦਿੰਨੇ 1 ਮਹੀਨੇ ਤੇ ਨਾ ਲਓਗੇ ਤਾਂ ਮਰ ਜਾਓਗੇ ਰੱਖਾ ਵਾਪਟਾ ਤੇ ਮੈਂ ਕੀ ਕਰਾਂ ਮੈਂ ਕੀ ਕਰਾਂ ਅਕਲ ਕਰ ਲਾ ਹੋਰ ਕੁਛ ਵੀ ਨਾ ਕਰ ਤੂੰ ਪੈਸੇ ਦੇ ਬਿਜਲੀ ਦਾ ਬਿੱਲ ਭਰੋ ਤੂੰ ਨਾ ਅਕਲ ਕਰੀ ਮੈਨੂੰ ਕਹੀ ਜਾਈ ਹੈ ਨਾ ਕਰੀ ਅਕਲ ਕਿਸੇ ਹੋਰ ਥਾਂ ਤੋਂ ਜਾ ਕੇ ਮੰਗ ਲੈ ਉਹ ਦੋ ਡੇਲਾ ਜਾਂ ਫਿਰਦੇ ਪਿਸਤਾ ਕੁੱਤਾ ਉਹ ਵੀ ਬਿੱਲ ਨਹੀਂ ਦਿੰਦਾ ਉਹ ਵਾਅਦਾ ਹੀ ਕਰਦਾ ਇਹ ਸਾਰੇ ਦੇ ਤੂੰ ਮੈਨੂੰ ਆ ਕੇ ਸੁਣਾਉਣੇ ਮੇਰੇ ਬੂਹੇ ਤੇ ਮੇਰੇ ਬੂਹੇ ਤੇ ਮਜ਼ਾਕ ਨਹੀਂ ਬੰਦੇ ਦੇ ਪੁੱਤ ਬਣ ਕੇ ਨਾ ਮੈਂ ਕੱਲ ਆ ਕੇ ਮੀਟਰ ਕੱਟ ਲੈਣਾ ਤੁਹਾਡਾ
ਮੀਟਰ ਕਿਉਂ ਕੱਟ ਲੈਣਾ? ਚਲੋ ਫਿਰ ਪਹਿਲੇ ਮੈਂ ਉਹਦਾ ਕੱਟਾਂਗਾ ਫਿਰ ਤੇਰਾ ਮੀਟਰ ਕੱਟ ਕੇ ਲੈ ਜਾ। ਮੀਟਰ ਕਾ ਕੇ ਕੋਈ ਜਵਾਰ ਨਹੀਂ ਜਿਹੜੀ ਆ ਕੇ ਕੱਟ ਲਏਗਾ ਤੂੰ। ਅੱਛਾ ਬਿੱਲ ਵੀ ਨਾ ਦਿਓ ਤੇ ਤੁਸੀਂ ਬਦਮਾਸ਼ੀ ਨਾਲ ਕਰੋ। ਇਹਦੇ ਚ ਬਦਮਾਸ਼ੀ ਲਈ ਕਿਹੜੀ ਗੱਲ ਹੈ? ਬਿੱਲ ਦੇ ਤੂੰ ਮਾਮਲਾ ਥਮਾਰਨਾ ਤੇਰੇ ਮੂੰਹ ਤੇ। ਤੇ ਯਾਰ ਤੂੰ 1 ਮਹੀਨੇ ਦਾ ਛੱਡ ਦੇ ਯਾਰ ਬਿੱਲ। 1 ਮਹੀਨੇ ਦਾ ਛੱਡ, ਮੈਂ ਵੈਸੇ ਤੈਨੂੰ 2 ਛੱਡ ਦੇਵਾਂਗਾ। ਵਜਾ ਵਜਾ ਅਕਲ ਕੋ ਨਹੀਂ ਤੇਰੇ ਕੀ ਹੈ? ਕੱਲ ਮੀਟਰ ਕੱਟਿਆ ਜਾਣੀ। ਤੂੰ ਹੱਥ ਲਾ ਕੇ ਵਿਖਾਈ ਮੀਟਰ ਨੂੰ ਐਡਾ ਤਾਂ। ਚਲੋ ਆ ਕੱਲ ਫਿਰ ਆਏਗਾ। ਚਲੋ ਮੈਂ ਆਪਣੇ ਉਹਨੂੰ ਭੇਜਾਂਗਾ ਜਿਹੜਾ ਤੁਹਾਡਾ ਸ਼ਰੀਕ ਹੈ ਨਾ, ਉਹ ਕੈਂਚੀ ਫੇਰੇਗਾ ਨਾ ਤੁਹਾਡੇ ਮੀਟਰ ਨੂੰ। ਕੈਂਚੀ ਨਾਈ ਵਾਪਸ ਆਲੇ ਨਹੀਂ ਆਣਗੇ। ਓਏ ਕੱਲ ਹੀ ਆਏਗਾ। ਚਲੋ ਪੁੱਤ ਭੇਜੀ ਫਿਰ ਇੱਥੋਂ ਲਾਸ਼ ਜਾਊ ਉਹਦੀ। ਮੈਂ ਕਹਿੰਦਾ ਤੂੰ ਉਹਨੂੰ ਅੰਗਲ ਖੜੀ ਕਰੀ। ਅੰਗਲ ਕੀ? ਮੈਂ ਉਹਨੂੰ ਲੱਥੇ ਮਾਰਨੇ। ਚਲੋ ਫਿਰ ਮੈਂ ਤੁਹਾਡੇ ਸ਼ਰੀਕ ਕੋਲ ਤੁਹਾਡੇ ਮੀਟਰ ਕਟਾਵਾਂਗਾ। ਚਲੋ ਮੀਟਰ ਪੈਸੇ ਨਾ ਦਿੱਤੇ ਨਾ ਤੂੰ ਤੇ ਮੀਟਰ ਖਲਾਸ ਹੋ ਜਾਣੇ। ਇੱਕ ਮਹੀਨਾ ਨਾ ਲਏਗਾ ਤਾਂ ਮਰ ਜਾਏਗਾ ਤੂੰ। ਗੱਲ ਤਾਂ ਤੁਸੀਂ ਸਹੀ ਆਖੀ। ਕਿਹੜਾ ਕੰਪਨੀ ਖਸਾਰੇ ਜਾ ਰਹੀ ਤੁਹਾਡੀ? ਤੁਸੀਂ 1 ਮਹੀਨਾ ਨਾ ਲਓ ਤੇ ਤੁਹਾਨੂੰ ਘਾਟਾ ਪੈ ਜਾਏਗਾ। ਹਾਂ ਉਹ ਕਹਿੰਦਾ ਜੀ ਕੱਲ ਮੀਟਰ ਤੁਹਾਡਾ ਕੱਟਿਆ ਜਾਣਾ। ਯਾਦ ਰੱਖੋ ਨੀ ਸਾਨੂੰ ਇੱਥੇ ਸਾਡਾ ਵੀ ਬਦਮਾਸ਼ੀ ਚ ਨਾ ਆਉਂਦਾ। ਚਾਰ ਜਿਲਿਆਂ ਚ ਨਾ ਆਉਂਦਾ ਸਾਡਾ ਵੀ। ਸਾਨੂੰ ਤਾਂ ਚਗਲ ਬਣਾ ਕੇ ਲੱਗ ਜਾਵੇ। ਤੂੰ ਵੇਖ ਇੱਕ ਵਾਰੀ ਆਣ ਦੇਣ ਲੱਤ ਤੇ ਰੱਖੇ ਸਾਡੇ ਮੀਟਰ ਦੇ ਕੋਲ। ਓਏ ਸ਼ਰੀਕਾ ਦਾ ਮੀਟਰ ਕੱਟਾਂਗਾ ਇਕੱਲਾ ਮੀਟਰ ਕੀ? ਮੈਂ ਤਾਂ ਦਿਲ ਕਰਦਾ ਜਿਹੜੇ ਕੱਟ ਦਿਆਂ। ਆਹੋ ਬਹਿ ਜਾ ਬੂਟਿਆ, ਇਹਨੇ ਇੱਕ ਵਾਰੀ ਹੱਥ ਪਾਣ ਦੇ। ਨਾਲੇ ਉਹ ਪਤਾ ਕੀ ਹੈ, ਉਹ ਜਿਹੜਾ ਮੀਟਰ ਕਟਾਈਂਦਾ ਨਹੀਂ ਪਿਆ, ਉਹ ਆਦਾ ਮੇਰੇ ਨਾਲ ਰੱਖਾ ਵਾਪਟੇ ਆਲਾ। ਰੱਖਾ ਵਾਪਟਾ? ਹਾਂ ਮੇਰਾ ਬਦਮਾਸ਼ ਚ ਨਾ ਸ਼ਾਮਿਲ ਹੋ ਜਾਏਗਾ, ਇਲਾਕੇ ਚ ਮੇਰਾ ਨਾ ਆਏਗਾ ਕਿ ਕੱਲ ਡੋਨ ਨੇ ਉਹਨਾਂ ਸ਼ਰੀਕਾ ਦਾ ਮੀਟਰ ਕੱਟ ਦਿੱਤਾ। ਛੱਡਿਓ ਇਹ ਕੀ ਹੈ ਮੀਟਰ ਕੱਟਣਾ? ਸਾਡੇ ਕੋਲ ਪੁੱਛਣਾ ਹੱਕ ਬਣਦਾ ਕਿ ਨਹੀਂ ਬਣਦਾ? ਓ ਭਾਈ ਜਾਨ, ਉਹ ਕਹਿੰਦਾ ਵੀ ਅਸੀਂ ਪਿਛਲੇ 3-4 ਮਹੀਨੇ ਤੁਸੀਂ ਬਿੱਲ ਨਹੀਂ ਦਿੱਤਾ, ਉਹਨੇ ਮੈਨੂੰ 1000 ਦਿੱਤਾ, ਕਹਿੰਦਾ ਜਾ ਕੇ ਉਹਨਾਂ ਦਾ ਮੀਟਰ ਕੱਟ ਕੇ ਆ ਜਾ। ਤੂੰ ਉਹਦਾ ਸਾਲਾ ਲੱਗਨੇ ਵੀ ਤੈਨੂੰ ਉਹਨੇ ਭੇਜੇ। ਓਏ ਓ ਸ਼ਰੀਕਾ ਗੱਲ ਹੋ ਸੁਣਾ। ਓਏ ਗਲਤ ਮੀਨਲ ਕਰ, ਮੂੰਹ ਤੇ ਮਾਰੂਗਾ ਤੇਰੇ। ਓ ਤੁਸੀਂ ਕੀ ਸਮਝਦੇ ਹੋ ਯਾਰ ਮੈਨੂੰ ਤੁਸੀਂ? ਅੱਛਾ ਤੁਸੀਂ ਮੇਰੇ ਸ਼ਰੀਕ ਹੋ, ਤੁਸੀਂ ਦਿਲ ਸੁਣਦੇ ਮੇਰੇ ਤੋਂ? ਹਾਂ ਤੇ ਬਾਕੀ ਗੱਲਾਂ ਬਾਅਦ ਵਿੱਚ। ਬਾਅਦ ਵਿੱਚ ਜੁੱਤੀ ਲਾ ਦੇ, ਜੁੱਤੀ ਲਾ ਦੇ। ਓ ਚੱਲ ਜੁੱਤੀ ਲਾ ਦੇ, ਚੱਲ ਮਾਫ ਕਰ। ਜੁੱਤੀ ਲਾ ਥਲੋਂ ਤੈਨੂੰ ਕਹੀ ਨਾ ਜੁੱਤੀ ਲਾ ਥਲੇ, ਮਾੜੇ ਕੰਡੇ ਲੱਗੇ ਸਾਈਡ ਕਰ ਲਈ। ਇਹ ਮੇਰੀ ਨਾਲ ਕੋਈ ਨਹੀਂ ਕੰਡੇ ਪਤਾ ਇਹ ਦੇ, ਬੜੀ ਮਹਿੰਗੀ ਜੁੱਤੀ ਹੈ ਯਾਰ, ਰਹਿਣ ਦੋ। ਮਹਿੰਗੀ ਤੂੰ ਚਾਈਨਾ ਤੋਂ ਲੈ ਕੇ ਆਏ ਹੈ? ਹੈ ਕਿੱਥੋਂ ਲੈ ਕੇ ਆਏ? ਕੀ ਓਏ
ਮਰਦ ਕਿਉਂ ਪਿਓ ਸ਼੍ਰੀ ਕੋ ਇੰਨੀ ਕ ਮਹਿੰਗੀ ਹੈ ਕੋ 2-2.5 ਲੱਖ ਦੀ ਹੈ ਮਰੇ 300 ਦੀ ਜੁੱਤੀ ਨਹੀਂ ਤੇ ਇੰਨੀ ਮਹਿੰਗੀ ਜੁੱਤੀ ਹੋ ਗਈ ਓਏ ਨਹੀਂ ਉਹ 2-4 ਰੁਪਏ ਦੀ ਗੱਲ ਕਰ ਓਏ ਕਾਲੇ ਡੋਨ ਦੀ ਜੁੱਤੀ ਹੈ ਤੇ ਤੁਸੀਂ ਸ਼ਰਮ ਕਰੋ ਤੁਹਾਡਾ ਮੈਂ ਨਾਲ ਹਮਸਾਇਆ ਹੈਗਾ ਕੀ ਸੋਚ ਕੇ ਤੂੰ ਹੱਥ ਪਾਇਆ ਮੀਟ ਨੂੰ ਓਏ ਕੀ ਸੋਚਿਆ ਹੱਥ ਪਾਇਆ ਤੂੰ ਪਾਗਲੋ ਮੈਂ 1000 ਰੁਪਏ ਲਿਆ ਮੈਂ ਆਪਣਾ 1000 ਦਾ ਹੱਕ ਪੂਰਾ ਕਰਨ ਲੱਗਿਆ 1000 ਦਾ ਹੱਕ ਪੂਰਾ ਜਿਹੜੇ ਅਸੀਂ 10000 ਲਾਇਆ ਉਹ ਤੇ ਅਸੀਂ ਹੁਣ ਹੱਕ ਪੂਰਾ ਕਰ ਮਿੰਟ ਮੇਰੀ ਗੱਲ ਤਾਂ ਸੁਣੋ ਤੁਸੀਂ ਆਖਰ ਬੰਦੇ ਨੂੰ ਪੁੱਛਣਾ ਚਾਹੀਦਾ ਭਾਈ ਤੁਹਾਡਾ ਮੀਟਰ ਪੱਟਣ ਲੱਗਾ ਪੁੱਟਾਂ ਕਿ ਨਾ ਪੁੱਟਾਂ ਜੇ ਮੀਟਰ ਹੁੰਦਾ ਪੁੱਟਣਾ ਤਾਂ ਪੁੱਛਣਾ ਜ਼ਰੂਰੀ ਹੁੰਦਾ ਜਦੋਂ ਲਿਟਰ ਹੁੰਦੇ ਮਾਰਨੇ ਤੇ ਫੇਰ ਪੁੱਛਣਾ ਜ਼ਰੂਰੀ ਹੁੰਦਾ ਮਾਰਨੇ।